ਗੁਰਦੁਆਰਾ ਸਿੰਘ ਸਭਾ ਐਡਮਿੰਟਨ ਦੀ ਪ੍ਰਬੰਧਕੀ ਕਮੇਟੀ ਵੱਲੋਂ ਗੁਰੂ ਘਰ 'ਚ ਪੰਥ ਦੇ ਪ੍ਰਸਿੱਧ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ 3 ਰੋਜ਼ਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਢੱਡਰੀਆਂ ਵਾਲੇ ਨੇ ਦੀਵਾਨ ਸਜਾਏ। 3 ਰੋਜ਼ਾ ਦੀਵਾਨਾਂ 'ਚ ਐਡਮਿੰਟਨ ਤੋਂ ਇਲਾਵਾ ਕੈਲਗਰੀ, ਰੈੱਡ ਡੀਅਰ, ਫੋਰਟ ਮੈਕਮਰੀ, ਗ੍ਰੈਂਡ ਪ੍ਰੇਰੀ ਅਤੇ ਹੋਰ ਨੇੜਲੇ ਸ਼ਹਿਰਾਂ ਤੋਂ ਵੱਡੀ ਸੰਖਿਆ 'ਚ ਸੰਗਤ ਸ਼ਾਮਲ ਹੋਈ। ਮਨ ਪੀਵੇ ਸੁਣ ਸ਼ਬਦ ਪਰਬਤ ਪਾਰ ਪਰੇ ਖਲ ਚਤਰ ਕੀਤਾ। ਹੁਣ ਆਪਾਂ ਪਿੰਗਲਾ ਪਹਾੜ ਚੜ ਜਾਵੇ ਜੇ ਕਿਰਪਾ ਹੋ ਜੇ, ਤੇ ਸਾਡੇ ਵਰਗੇ ਗੋਡਿਆਂ ਨੂੰ ਵੇਖੀ ਜਾਂਦੇ ਨੇ, ਖਰੇ ਗੋਡੇ ਚੱਲ ਪੈਣੇ ਨੇ ਮੇਰੇ। ਉਹ ਤੇ ਡਾਕਟਰ ਵੀ ਨਵੇਂ ਪਾ ਦੇਗਾ ਅੱਜ ਕੱਲ੍ਹ, ਤੇ ਡਾਕਟਰ ਨਵੇਂ ਪਾ ਦਿੰਦੇ ਗੋਡੇ। ਗੁਰਦੁਆਰਾ ਸਿੰਘ ਸਭਾ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋਂ ਸੰਗਤ ਲਈ ਲੰਗਰ ਦਾ, ਬੈਠਣ ਦਾ ਅਤੇ ਪਾਰਕਿੰਗ ਦਾ ਉਚਿਤ ਪ੍ਰਬੰਧ ਸੀ। ਇਹ 3 ਰੋਜ਼ਾ ਦੀਵਾਨ ਸਫਲਤਾਪੂਰਵਕ ਸਮਾਪਤ ਹੋ ਨਿਬੜੇ। ਆਸ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੇ ਹਫ਼ਤੇ ਫਿਰ ਮਿਲਣ ਦੇ ਵਾਅਦੇ ਦੇ ਨਾਲ ਤੇਗਮਿਤ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।